हुण भी काम चलन रहा, सीवरेज का भी चलता, तो जिहड़े पछड़े वर गया हुण उहनां दे अहीं पाउंदे हां सीवरेज। ਪਿੰਡਾਂ ਵਿੱਚ ਹਰ ਸਾਲ ਨਵੀਆਂ ਪੰਚਾਇਤਾਂ ਅਤੇ ਨਵੇਂ ਚਿਹਰੇ ਸਾਹਮਣੇ ਆਉਂਦੇ ਹਨ। ਉਹਨਾਂ ਵਿੱਚੋਂ ਕੁਝ ਲੋਕ ਚੁਣੇ ਹੋਏ ਪਿੰਡ ਵਾਸੀਆਂ ਦੀ ਸੋਚ 'ਤੇ ਖਰੇ ਉਤਰਦੇ ਹਨ ਅਤੇ ਕੁਝ ਸਵਾਰਥੀ ਲੋਕ ਆਪਣਾ ਸਵਾਰਥ ਪੂਰਾ ਕਰਕੇ ਚੱਲਦੇ ਬਣਦੇ ਹਨ ਅਤੇ ਪਿੱਛੇ ਛੱਡ ਜਾਂਦੇ ਹਨ ਪਿੰਡ ਲਈ ਢੇਰ ਸਾਰੀਆਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ। ਪਰ ਅੱਜ ਜਿਹੜੇ ਅਸੀਂ ਸਰਪੰਚ ਦੀ ਗੱਲ ਕਰ ਰਹੇ ਹਾਂ ਉਸਦਾ ਨਾਮ ਹੈ ਸਰਬਨ ਸਿੰਘ ਢਿੱਲੋਂ, ਜਿਹੜਾ ਬਤੌਰ ਸਰਪੰਚ ਪਿੰਡ ਪੰਡਾਲਬੇੜ ਦੀ ਕਾਰਜਕਾਲ ਸੰਭਾਲਣ ਉਪਰੰਤ ਤੁਹਾਨੂੰ ਪਿੰਡ ਦੇ ਹੱਥੀਂ ਕਾਰਜ ਕਰਦਾ ਹੋਇਆ ਅਕਸਰ ਮਿਲ ਜਾਵੇਗਾ। ਕਦੇ ਉਹ ਹੱਥੀਂ ਟਰੈਕਟਰ ਚਲਾ ਰਿਹਾ ਹੁੰਦਾ ਹੈ ਅਤੇ ਕਦੇ ਚੌਗਿਰਦੇ ਦੀ ਸਫਾਈ। ਉਹਨਾਂ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਪਿੰਡ ਵਿੱਚ ਅਜਿਹਾ ਵਿਕਾਸ ਕਾਰਜ ਹੋਇਆ ਹੈ ਜਿਸ ਨੇ ਪਿਛਲੇ 40 ਸਾਲਾਂ ਵਿੱਚ ਹੋਏ ਵਿਕਾਸ ਨੂੰ ਮਾਤ ਦੇ ਦਿੱਤੀ ਹੈ, ਜਿਸ ਦਾ ਕਾਰਨ ਉਹਨਾਂ ਦੇ ਚਰਚੇ ਘਰ ਘਰ ਆਮ ਹੋ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਆਰਥਿਕ ਵਸੀਲਿਆਂ ਦੀ ਤਾਂ ਕੁਝ NRI ਭਰਾਵਾਂ ਨੇ ਉਹਨਾਂ ਨੂੰ ਰੱਜ ਕੇ ਆਰਥਿਕ ਸਹਿਯੋਗ ਨਿਵਾਜਿਆ ਹੈ, ਜਿਨ੍ਹਾਂ ਦੇ ਕਾਰਨ ਹੀ ਉਹ ਇਸ ਮਕਸਦ ਵਿੱਚ ਕਾਮਯਾਬ ਹੋਏ ਅਤੇ ਸਮੂਹ ਨਗਰ ਨਿਵਾਸੀ ਅਤੇ NRI ਵੀਰ ਜੇ ਇਸ ਤਰ੍ਹਾਂ ਹੀ ਉਸ ਨੂੰ ਸਹਿਯੋਗ ਕਰਦੇ ਰਹਿਣ ਤਾਂ ਬਹੁਤ ਜਲਦ ਪੰਡਾਲਬੇੜ ਨਮੂਨੇ ਦਾ ਪਿੰਡ ਬਣ ਜਾਵੇਗਾ। ਪਿੰਡ ਵਾਸੀ ਉਸ ਪ੍ਰਤੀ ਕੀ ਸੋਚ ਰੱਖਦੇ ਹਨ ਆਓ ਜਾਣਦੇ ਹਾਂ ਉਹਨਾਂ ਦੀ ਜ਼ਬਾਨੀ। ਸਰਬਨ ਸਿੰਘ ਢਿੱਲੋਂ ਜੀ, ਸਰਪੰਚ ਪਿੰਡ ਪੰਡਾਲਬੇੜ। ਸਾਡੇ ਪਿੰਡ ਦੇ ਵਿੱਚ ਵਿਕਾਸ ਬਹੁਤ ਜ਼ਿਆਦਾ ਹੋ ਗਿਆ ਜੀ, ਹੁਣ ਵੀ ਕੰਮ ਚੱਲਣ ਰਿਹਾ, ਸੀਵਰੇਜ ਦਾ ਵੀ ਚੱਲਦਾ, ਅਤੇ ਜਿਹੜੇ ਪਛੜੇ ਵਰ ਗਿਆ ਹੁਣ ਉਹਨਾਂ ਦੇ ਅਸੀਂ ਪਾਉਂਦੇ ਹਾਂ ਸੀਵਰੇਜ, ਅਤੇ ਬਾਕੀ ਜਿੱਥੇ ਰਹਿ ਗਿਆ ਸੀਵਰੇਜ ਦਾ ਕੰਮ ਸਾਡਾ ਹਾਲੇ ਚੱਲਣਾ ਰਹਿੰਦਾ, ਬਾਕੀ ਪਾਉਣ ਵਾਲਾ ਤਾਂ ਅਸੀਂ ਬੰਦ ਨਹੀਂ, ਕੰਮ ਜ਼ੋਰਾਂ 'ਤੇ ਚੱਲਣ ਰਿਹਾ ਸਾਡਾ ਜੀ। ਇੰਟਰਲੋਕ ਦਾ ਹੀ ਆ ਕੰਮ ਹੁਣ ਜ਼ਿਆਦਾ, ਦੂਸਰੀ ਐਟ ਅਸੀਂ ਪੁੱਟ ਲੈ ਗਏ, ਉਹਦਾ ਅਸੀਂ ਰੋੜੀ ਕੁੱਟਣ ਡਏ ਹਾਂ, ਰੋੜੀ ਕੁੱਟ ਕੇ ਅਤੇ ਉੱਤੇ ਇੰਟਰਲੋਕ ਲੱਗਣ ਡਈ ਆ। ਅਤੇ ਇੱਕ ਸਾਡੇ ਪਿੰਡ ਦੇ ਵਿੱਚ ਹੁਣ ਪਾਰਕਿੰਗ ਆ, ਉਹ ਅਸੀਂ ਛੱਪੜ ਪੂਰਤਾ, ਉੱਥੇ ਪਾਰਕਿੰਗ ਬਣੂਗੀ।
ਪਾਣੀ ਸਾਡੇ ਛੱਪੜ ਆ ਹਜੇ ਜੀ ਬਾਬੇ ਜੀ ਦੇ ਤਹੀਏ ਦੇ ਪਿੱਛੇ ਸਾਡੇ ਵੀ ਪੈ ਗਈ ਆ 70% ਆਮਦਨ ਜੀ ਸਾਡੇ ਸ਼ਾਮਲ ਲਾਗ ਦੀ ਪੈਲੀ ਆ ਉਹਦਾ ਹੁੰਦਾ ਸਾਨੂੰ 13 ਲੱਖ ਹੋਇਆ ਜਿਹੜਾ ਉਹ ਅਸੀਂ ਲੋਕਾਂ ਦੇ ਸੰਯੋਗ ਨਾਲ ਪੂਰਿਆ ਹੈ ਨਾ ਇੰਨਾ ਉਹਨਾਂ ਸਾਨੂੰ ਬਹੁਤ ਸੰਯੋਗ ਦਿੱਤਾ ਉਹਨਾਂ ਸਾਨੂੰ ਪੈਸੇ ਘੱਲੇ ਬਾਹਰੋਂ ਅਸੀਂ ਉਹਨਾਂ ਦੇ ਸੰਯੋਗ ਦੇ ਨਾਲ ਇਹ ਛੱਪੜ ਪੂਰਿਆ ਇਹਦੇ ਵਿੱਚ ਕੋਈ ਗਰਾਂਟ ਨਹੀਂ ਲੱਗੀ ਇਹ ਪੈਸਾ ਹੋਇਆ ਅਤੇ ਜਿਹੜਾ ਕੋਈ ਪੈਪ ਹੈ ਅੱਗੇ ਉਹ ਵੀ ਸਾਨੂੰ ਸੰਯੋਗ ਦਿੱਤਾ ਵਿੱਚੋਂ ਉਹ ਵੀ ਉਹਨਾਂ ਦੇ ਸੰਯੋਗ ਦੇ ਨਾਲ ਵਿੱਚ ਪੈਪ ਪਏ ਆ ਅਤੇ ਕੁਛ ਅਸੀਂ ਲਾਏ ਆ ਗਰਾਂਟ 'ਚੋਂ ਸਾਡਾ ਇਹ ਪਿੰਡ ਬਹੁਤ ਵੱਡਾ ਵਾ ਮੈਨੂੰ ਸਾਲ ਹੋ ਗਿਆ ਮੰਡ ਗਏ ਨੂੰ ਖੇਤਾਂ ਦੇ ਵਿੱਚ ਕਿਉਂ ਸਾਡੀ ਜ਼ਮੀਨ ਵੀ ਬਹੁਤ ਆ ਖੇਤੀ ਵੀ ਅਸੀਂ ਬਹੁਤ ਕਰਦੇ ਹਾਂ ਅਤੇ ਪਰ ਉਹ ਖੇਤੀ ਮੇਰਾ ਛੋਟਾ ਭਰਾ ਜਸਵੰਤ ਸਿੰਘ ਉਹ ਸਾਂਭਦਾ ਅਤੇ ਮੈਂ ਤਾਂ ਕਦੀ ਜਾਂਦਾ ਨਹੀਂ ਮੈਂ ਤਾਂ ਇੱਥੇ ਹੀ ਹਾਂ ਪਿੰਡ ਦੇ ਵਿੱਚ ਹੀ ਕਦੀ ਇੱਧਰੋਂ ਦੇਖੋ ਕਿੱਥੇ ਕੰਮ ਚੱਲਦਾ ਸਾਰਾ ਪਿੰਡ ਦੇ ਵਿੱਚ ਦੇਖਭਾਲ 'ਤੇ ਜਾਂ ਸਾਰਾ ਦਿਨ ਮੇਰਾ ਲੰਘਦਾ ਕਦੀ ਲੜਾਈ ਝਗੜਾ ਕਿਸੇ ਦਾ ਹੋ ਗਿਆ ਉੱਥੇ ਚੱਲ ਗਏ ਸਾਰਾ ਦਿਨ ਇੱਥੇ ਰਹਿੰਦਾ ਬਿਲਕੁਲ ਇਹ ਨਿਸ਼ਕਾਮ ਸੇਵਾ ਵਾ ਤੁਸੀਂ ਲੋਕਾਂ ਦੀ ਕਰ ਰਹੇ ਹਾਂ ਅਤੇ ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਮੈਨੂੰ ਮੇਰੇ ਭਰਾ ਜਸਵੰਤ ਸਿੰਘ ਹੈ ਉਹਦਾ ਵੀ ਬਹੁਤ ਸੰਯੋਗ ਮਿਲਦਾ ਸਾਰੇ ਪਰਿਵਾਰ ਦਾ ਸੰਯੋਗ ਮਿਲਦਾ ਬੱਚਿਆਂ ਦਾ ਵੀ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਦੀਆਂ ਸਮੱਸਿਆ ਪਿੰਡ ਦੀ ਸਮੱਸਿਆ ਦੀ ਅਤੇ ਜਿਹੜੀ ਹੁਣ ਜਿਹੜੀ ਤੁਹਾਨੂੰ ਸਮੱਸਿਆ ਕੀ ਹੈ ਪਿੰਡ ਦੀ ਸਮੱਸਿਆ ਜੀ ਹੁਣ ਇਹੋ ਹੀ ਆ ਬਸ ਇੰਟਰਲੋਕ ਰਹਿੰਦੀ ਸਾਡੀ ਸਾਡਾ ਇਹ ਹੀ ਆ ਹੁਣ ਹਰ ਵੇਲੇ ਧਿਆਨ ਵੀ ਇਹ ਪਿੰਡ ਦਾ ਕੰਮ ਪੂਰਾ ਹੋ ਜਾਵੇ 2-3 ਮਹੀਨੇ 'ਚ ਸਾਡੇ ਜੀ ਪਿੰਡ ਦੇ ਵਿੱਚ ਕੋਈ ਵੀ ਮੇਰੀ ਹੈ ਨਹੀਂ ਕਿਸੇ ਨਾਲ ਵੀ ਈਰਖਾ ਨਾ ਕੋਈ ਮੇਰੀ ਪਾਰਟੀ ਆ ਕੋਈ ਬੰਦਾ ਵੀ ਕਹਿ ਦੇਵੇ ਵੀ ਇਹ ਪੱਖਪਾਤ ਕਰਦਾ ਸਾਰਿਆਂ ਨੂੰ ਬੁਲਾਈਦਾ ਵੀ ਲੜਾਈ ਝਗੜੇ ਤੋਂ ਬਚਾਈਦਾ ਵੀ ਨਾ ਵੀ ਇਹ ਲੜਾਈ ਮਾੜੀ ਆ ਕਾਕਾ ਪਰ ਜਿਹੜੇ ਨਵੇਂ ਮੁੰਡੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਲੜਾਈ ਦਾ ਕੀ ਨਤੀਜਾ ਨਿਕਲਣਾ ਇਹ ਥੋੜ੍ਹਾ ਥੋੜ੍ਹਾ ਝਗੜਾ ਵਿੱਚ ਹੁੰਦਾ ਰਹਿੰਦਾ ਪਿੰਡ 'ਚ ਪਰ ਉਹ ਫਿਰ ਵੀ ਉਹ ਸੁਲ ਜਾਂਦਾ ਰਾਜੀਨਾਮਾ ਹੋ ਜਾਂਦਾ ਇੱਥੇ ਕਰੋ ਮਾਂ ਪਿਓ ਦੀ ਸੇਵਾ ਕਰੋ ਉਹਨਾਂ ਦਾ ਨਸ਼ਿਆਂ ਤੋਂ ਧਿਆਨ ਲਾਂਭੇ ਜਾਵੇ ਘਰ ਦੇ ਵਿੱਚ ਰਹੇ ਆਪਣੇ ਘਰ ਦੇ ਕੰਮ ਕਾਰ ਕਰਨ ਅਤੇ ਮਾੜੇ ਅਨਸਰ ਦੇ ਨਾਲ ਕਿਸੇ ਨਸ਼ੇ ਵਾਲੇ ਦੇ ਸਮੈਕੀ ਦੇ ਨਾਲ ਨਾ ਬੈਠਣ SSP ਸਾਹਿਬ ਸਾਡੇ ਜਿਹੜੇ ਆ ਇਹ ਵੀ ਬਹੁਤ ਵਧੀਆ ਜੀ ਅਤੇ ਜਿਹੜੇ ਡਿਪਟੀ ਸਾਹਿਬ ਭਲਾਥ ਆ ਜੀ ਇਹ ਵੀ ਬਹੁਤ ਵਧੀਆ SHO ਸਾਹਿਬ ਸਾਡੇ ਬਹੁਤ ਵਧੀਆ ਬਹੁਤ ਸਹਿਯੋਗ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਮੈਂ ਗਿਆ